ਭੰਗ ਪੋਸਟ ਦਾ ਇਤਿਹਾਸ ਪੁਰਾਣਾ ਜਿਹਦੇ ਅੱਜ ਕੱਲ ਮੰਗ ਬਹੁਤ ਉੱਠ ਰਹੀ ਹੈ ਵੀ ਇਹਦੀ ਖੇਤੀ ਹੋਣੀ ਚਾਹੀਦੀ ਹੈ ਪਰੰਤੂ ਕਈ ਲੋਕਾਂ ਨੂੰ ਜਾਣਕਾਰੀ ਇਹਦੀ ਸਹੀ ਨਹੀਂ ਹੈਗੀ ਇਹਦਾ ਸਰਕਾਰੀ ਰੇਟ ਅਫੀਮ ਦਾ 8000 ਰੁਪਏ ਕਿਲੋ ਹੈ ਇੱਕ ਕਿੱਲੇ ਮਗਰ 16.5 ਕਿਲੋ ਅਫੀਮ ਲਈ ਜਾਂਦੀ ਹੈ ਸਾਲ ਦੇ ਵਿੱਚ ਇੱਕ ਵਾਰੀ ਫਸਲ ਹੁੰਦੀ ਹੈ ਨੁਕਸਾਨ ਵੀ ਬਹੁਤ ਹੋ ਜਾਂਦਾ ਹੈ ਕਿਉਂਕਿ ਤੋਤੇ ਬਹੁਤ ਨੁਕਸਾਨ ਕਰਦੇ ਨੇ ਇਹਦਾ ਬੜੀ ਨਿਗਰਾਨੀ ਰੱਖਣੀ ਪੈਂਦੀ ਹੈ ਇਹਦੀ ਖੇਤੀ ਬੜੀ ਐਸੀ ਗੱਲ ਨਹੀਂ ਪੂਰੀ ਐਕਸਪਲੋਟੇਸ਼ਨ ਚਾਹੀਦੀ ਹੈ ਜਿਵੇਂ ਕਹਿੰਦੇ ਨਾ ਵੀ ਇਹ ਭੰਗ ਦੀ ਪੋਸਟ ਦੀ ਖੇਤੀ ਕਰੋ ਪੋਸਟ ਦੀ ਖੇਤੀ ਕਰੋ ਵੀ ਇਵੇਂ ਤੜਕੇ ਉੱਠ ਕੇ ਪੋਸਟ ਦੀ ਖੇਤੀ ਹੋ ਜੂਗੀ 16.5 ਕਿਲੋ ਮਿਲ ਗਈ ਜਿਵੇਂ ਅੱਜ ਦਾ ਭਾਅ ਜਿਵੇਂ ਸਰਕਾਰਾਂ ਲਿਖ ਦਿੰਦੀਆਂ ਨੇਗੀਆਂ 10 ਕਿਲੋ ਫੀਮ ਫੜੇਗੀ 20 ਲੱਖ ਦੀ ਫੀਮ ਫੜੇਗੀ ਉਹ 20 ਲੱਖ ਦੀ ਫੀਮ ਤਾਂ ਤੁਸੀਂ ਤਾਂ ਸਰਕਾਰੀ ਰੇਟ ਦਾ 8000 ਰੁਪਈਏ ਹੈ ਉਹਨੂੰ 80000 ਰੁਪਏ ਕਹੋ ਜਿਵੇਂ ਹੀਰੋਇਨ ਫੜੀ ਜਾਂਦੀ ਹੈ ਹਾਂਜੀ 20 ਕਿਲੋ ਹੀਰੋਇਨ ਫੜੇਗੀ 100 ਕਰੋੜ ਦੀ ਉਹ ਜਿਹਦੀ ਕੋਈ ਕੀਮਤ ਹੀ ਨਹੀਂ ਜਿਹਨੂੰ ਅਸੀਂ ਸਾੜਨਾ ਅਸੀਂ ਉਹਦੀ ਕੀਮਤ ਕਿਵੇਂ ਲਾ ਸਕਦੇ ਹਾਂ ਕਿਆ ਸਹੀ ਗੱਲ ਹੈ ਉਹਨੂੰ ਅਸੀਂ 5 ਕਰੋੜ ਦੀ ਕਿਲੋ ਕਿਵੇਂ ਕਹਿ ਸਕਦੇ ਹਾਂ ਅੰਤਰਰਾਸ਼ਟਰੀ ਕੀਮਤ ਜੀ ਅੰਤਰਰਾਸ਼ਟਰੀ ਕੀਮਤ ਅਸੀਂ ਜਾ ਕੇ ਵੇਚਣੀ ਹੈ ਉਹ ਕਿਹਨੂੰ ਦੱਸਿਆ ਜਾਂਦਾ ਵੀ 100 ਕਰੋੜ ਦੀ ਜਾਂ 3000 ਕਰੋੜ ਦੀ ਫੜ ਲਈ ਜਿਹੜੀ ਡਰੱਗ ਹੈ ਅਫੀਮ ਇੱਕ ਐਸੀ ਡਰੱਗ ਹੈ ਜੀ ਜਿਹਨੂੰ ਮੈਂ ਡਰੱਗ ਨਹੀਂ ਕਹਿੰਦਾ ਕਿਉਂਕਿ ਇਹਦੇ 'ਚ 21 ਤਰ੍ਹਾਂ ਦੀ ਬਿਮਾਰੀ ਦਾ ਇਲਾਜ ਹੈ ਠੀਕ ਹੈ ਮੈਂ ਪਹਿਲਾਂ ਕਹਿ ਰਿਹਾ ਮੈਂ ਕੋਈ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰ ਰਿਹਾ ਮੈਂ ਤਾਂ ਜਿਹੜੀ ਮੇਰੇ ਕੋਲ ਜਾਣਕਾਰੀ ਹੈ ਤੱਥਾਂ ਸਮੇਤ ਮੈਂ ਉਹ ਜਾਣਕਾਰੀ ਗੱਲ ਕਰੂੰਗਾ ਪੋਸਟ ਦੀ ਖੇਤੀ ਕਿਹਨੇ ਬੰਦ ਕਰਵਾਈ ਪ੍ਰਤਾਪ ਸਿੰਘ ਕੈਰੋਂ ਨੇ ਬੰਦ ਕਰਵਾਈ ਕੀ ਉਹਨਾਂ ਨੂੰ MP ਦਿਖਦਾ ਨਹੀਂ ਸੀ ਕੀ ਉਹਨਾਂ ਨੂੰ ਬੰਗਾਲ ਦਿਖਦਾ ਨਹੀਂ ਸੀ ਕੀ ਉਹਨਾਂ ਨੂੰ ਰਾਜਸਥਾਨ ਦਿਖਦਾ ਨਹੀਂ ਸੀ ਉਹਨਾਂ ਨੇ ਪੰਜਾਬ ਦੇ ਵਿੱਚ ਹੀ ਖੇਤੀ ਕਿਉਂ ਬੰਦ ਕਰਵਾਈ ਉਹਨਾਂ ਨੇ ਕੀ ਦੇਖਿਆ ਜਦੋਂ ਇਹ ਬਿਮਾਰੀਆਂ ਚੱਲੀਆਂ ਪੰਜਾਬ ਦਾ ਖਾਣ ਪੀਣ ਇੰਨਾ ਖੁੱਲ੍ਹਾ ਸੀਗਾ ਦੇਸੀ ਘਿਓ ਲੱਸੀਆਂ ਦੁੱਧ ਪਿਓਰ ਵੀ ਯਾਰ ਇਹ ਬੰਦੇ ਖਾ ਵੀ ਰਹੇ ਨੇ ਤਾਂ ਘੋਟਾਂ ਵਰਗੇ ਹੋਈ ਜਾਂਦੇ ਨੇ ਕੰਮ ਵੀ ਕਰਦੇ ਨੇ ਯਾਰ ਬਿਮਾਰ ਵੀ ਨਹੀਂ ਹੁੰਦੇ ਉੱਥੋਂ ਫਿਰ ਉਹਨਾਂ ਨੇ ਲੌਜਿਕ ਕੱਢਿਆ ਵੀ ਇਹਨੂੰ ਨਾ ਵੀ ਆਪਾਂ ਫੀਮ ਪੋਸਟ ਦੀ ਖੇਤੀ ਬੰਦ ਕਰਵਾਈਏ ਲੋਕਾਂ ਨੂੰ ਵੀ ਚਲੋ ਉਹਨੂੰ ਕਿਤੇ ਮੈਡੀਸਨ ਤੌਰ 'ਤੇ ਯੂਜ਼ ਕਰਦੇ ਸੀ ਤੁਸੀਂ ਦੇਖੋ ਵੀ ਉਦੋਂ ਕਿੰਨਾ ਕਿਹਦਾ ਦੁਰਉਪਯੋਗ ਹੁੰਦਾ ਸੀ ਚਲੋ ਠੀਕ ਹੈ ਵੀ ਉਦੋਂ ਬਾਅਦ ਹੀ ਸਮੈਕ ਬਣਨ ਲੱਗ ਗਈ ਹੀਰੋਇਨ ਬਣਨ ਲੱਗ ਗਈ ਉਹ ਵੀ ਤੁਹਾਨੂੰ ਦੱਸੂੰਗਾ ਪਰੰਤੂ ਇਹਨਾਂ ਨੇ ਜਿਵੇਂ ਹੁਣ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ 2 ਲੱਖ ਤਾਂ ਕਾਰਡ ਬਣੇ ਹੋਏ ਨੇ ਜਿਹਨਾਂ ਨੂੰ ਬੁਪੇਨੋਰਫਨ ਗੋਲੀ ਦਿੱਤੀ ਜਾਂਦੀ ਹੈ ਠੀਕ ਹੈ ਉਹ ਸਰਕਾਰ ਉਹ ਤੁਸੀਂ ਉਹਦਾ 3-3 ਕਿਲੋ ਦਾ ਪੋਸਟ ਦਾ ਲਾਇਸੈਂਸ ਹੀ ਬਣਾ ਦਿਓ ਵੀ ਭਾਈ ਇਹ MP 'ਚੋਂ ਲੈ ਆਉਣਗੇ ਜਾਂ ਹਿਮਾਚਲ 'ਚੋਂ ਉੱਧਰੋਂ ਲੈ ਆਉਣਗੇ ਬੰਗਾਲ 'ਚੋਂ ਲੈ ਆਉਣਗੇ ਜਾਂ ਇਹਨੂੰ ਮਹਾਰਾਸ਼ਟਰਾ 'ਚੋਂ ਲੈ ਆਉਣਗੇ ਜਾਂ ਰਾਜਸਥਾਨ 'ਚੋਂ ਲੈ ਆਉਣਗੇ ਵੀ ਭਾਈ 3 ਕਿਲੋ ਪੋਸਟ ਉਹਦੀ ਨਾਲ ਚੱਕ ਸਕਦਾ ਠੀਕ ਹੈ ਉਹ ਬੁਪੇਨੋਰਫਨ ਗੋਲੀਆਂ ਘੱਟੋ ਘੱਟ 3 ਮਹੀਨੇ ਦਾ ਕੋਰਸ ਹੁੰਦਾ ਪਹਿਲਾਂ 3 ਗੋਲੀਆਂ ਫਿਰ 2.5 ਗੋਲੀਆਂ ਫਿਰ 2 ਫਿਰ 1.5 ਫਿਰ 1 ਫਿਰ ਅੱਧੀ ਗੋਲੀ ਐ ਕਰਨੀ ਪੈਂਦੀ ਉਹ ਬੰਦ ਕਰਨੀ ਪੈਂਦੀ 1.5 ਸਾਲ ਹੋ ਗਏ ਉਹ ਗੋਲੀਆਂ ਦੇ ਰਹੇ ਨੇ ਉਹ ਇੱਕ ਨਸ਼ੇ 'ਤੇ ਲਾਇਆ ਜਾ ਰਿਹਾ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਤਰਾਸ ਦੀ ਉਹਨੂੰ ਪੀਸ ਕੇ ਕਈ ਨੌਜਵਾਨ ਜਿਹੜੇ ਮਰੇ ਨੇਗੇ ਟੀਕੇ ਲਾ ਰਹੇ ਨੇ ਆਪਦੇ ਆਪ ਟੀਕੇ ਲਾ ਰਹੇ ਨੇ 2 ਲੱਖ ਦਾ ਕਾਰਡ ਬਣਿਆ ਹੋਇਆ ਜੀ ਪੰਜਾਬ 'ਚ ਮੇਰੀ ਜਾਣਕਾਰੀ 'ਚ ਵੱਧ ਵੀ ਹੋ ਸਕਦੇ ਨੇ 2.5 ਲੱਖ ਵੀ ਹੋ ਸਕਦੇ ਨੇ ਠੀਕ ਹੈ ਅਤੇ ਜਿਹੜੇ 4-5 ਲੱਖ ਵਰਗੇ ਵਿਚਾਰੇ ਜਿਹੜੇ ਸ਼ਰਮੋ ਸ਼ਰਮੀ ਜਾ ਨਹੀਂ ਸਕਦੇ ਇਹਦੇ ਨਾਲ ਘੱਟੋ ਘੱਟ 10 ਲੱਖ ਪਰਿਵਾਰ ਜੁੜਿਆ ਹੋਇਆ ਉਹ 66 ਦੇ ਵਿੱਚ ਇਹਦੀ ਪੋਸਟ ਦੀ ਖੇਤੀ ਬੰਦ ਕਰਵਾਈ ਜਾਂ ਮੈਂ ਕਹਿੰਦਾ ਵੀ ਵਾਕਿਆ ਹੀ ਪੰਜਾਬ ਨੂੰ ਇੱਕ ਨੁਕਰੇ ਲਾਇਆ ਜਾ ਰਿਹਾ ਸੀਗਾ ਵੀ ਪੰਜਾਬ ਨੂੰ ਆਪਾਂ ਕਿਉਂਕਿ ਇਹ ਲੋਕ ਹੀ ਨੇ ਜਿਹੜੇ ਹਿੰਮਤੀ ਨੇਗੇ ਜਿਹੜੇ ਸਾਡੇ ਧਰਮ ਦੀ ਰਾਜਨੀਤੀ ਕਰ ਰਹੇ ਨੇਗੇ ਜੇ ਜਿਹੜੇ ਬੰਦੇ 2 ਲੋਕ ਚਾਹੁੰਦੇ ਨੇ ਵੀ ਅਸੀਂ ਆਪਦੀ ਮਨੋਪਲੀ ਚਲਾਈਏ ਵੀ ਕਿਹਨੂੰ ਇੱਕ ਰਾਸ਼ਟਰ ਇਹੋ ਜਿਹਾ ਬਣਾ ਦਈਏ ਧਰਮ ਦੇ ਆਧਾਰ 'ਤੇ ਬਣਾ ਦਈਏ ਵੀ ਪੰਜਾਬ ਹੀ ਹੈ ਜਿੱਥੋਂ ਇਹ ਲੋਕ ਜਾਣੀ ਕਿ ਇਹਨਾਂ ਨੂੰ ਦੱਬੋ